ਦੀ ਪਾਰਟੀ 'ਚ ਮੈਂ ਇਹਨਾਂ ਦੋਨਾਂ 'ਚ ਕਿਹੜਾ ਸੂਟ ਪਾਵਾਂ? ਆ ਵਾਲਾ ਮੈਂ ਤਾਂ ਆ ਵੀ ਸੂਟ ਇਹਨੇ ਚਾਹ ਨਾਲ ਤਿਆਰ ਕਰਵਾਇਆ ਸੀ। ਜੇ ਆ ਗੱਲ ਹੈ ਤਾਂ ਫਿਰ ਆ ਸੂਟ ਪਾ ਲੈ। ਨਹੀਂ ਨਹੀਂ, ਹੁਣ ਜੇ ਤੁਸੀਂ ਇਹਨੂੰ ਕਿਹਾ ਇਹਦਾ ਮਤਲਬ ਇਹ ਜ਼ਿਆਦਾ ਸੋਹਣਾ ਆ। ਉਹ ਫਿਰ ਆਹੀ ਪਾ ਲੈ। ਲੈ ਆ ਕਿਵੇਂ ਪਾਵਾਂ? ਮੇਰਾ ਮੂਡ ਤਾਂ ਆ ਸੂਟ ਪਾਉਣ ਦਾ ਸੀ। ਉਹ ਇਹਦੇ 'ਚ ਟੈਨਸ਼ਨ ਲੈਣ ਵਾਲੀ ਕੀ ਗੱਲ ਆ? ਤੂੰ ਬਾਬਾ ਆ ਸੂਟ ਪਾ ਲੈ। ਮੇਰੀਆਂ ਸਹੇਲੀਆਂ ਜੱਸੀ, ਸੋਨੀਆ, ਅਨਵਲੀਨ ਤੇ ਡਿੰਪਲ ਕਹਿੰਦੀਆਂ ਸੀ ਵੀ ਮੇਰੇ ਫਰੋਜੀ ਸੂਟ ਪਾਇਆ ਬਹੁਤ ਜੱਚਦਾ, ਵੀ ਤੂੰ ਆ ਪਾ ਲਵੀਂ। ਗੱਲ ਤਾਂ ਉਹਨਾਂ ਦੀ ਵੀ ਸਹੀ ਆ, ਨਾਲੇ ਇਹ ਸੂਟਾਂ ਸੱਟਾਂ ਦਾ ਜਿਹੜਾ ਕੰਮ ਹੈ ਨਾ, ਲੇਡੀਜ਼ ਨੂੰ ਬਹੁਤਾ ਪਤਾ ਹੁੰਦਾ, ਤੂੰ ਉਹਨਾਂ ਦੇ ਮੰਨ ਲਾ ਆ ਸੂਟ ਪਾ ਲੈ। ਨਾ ਨਾ, ਮੈਂ ਸਹੇਲੀਆਂ ਦੇ ਮਗਰ ਨਹੀਂ ਲੱਗਣਾ, ਐਵੇਂ ਸਹੇਲੀਆਂ ਕਈ ਵਾਰੀ ਗਲਤ ਸਲਾਹ ਦੇ ਦਿੰਦੀਆਂ। ਤੁਸੀਂ ਦੱਸੋ ਮੈਨੂੰ ਮੈਂ ਕਿਹੜਾ ਪਾਵਾਂ? ਉਹ ਤੂੰ ਬਾਬਾ ਐ ਕਰ, ਆ ਸੂਟ ਪਾ ਲੈ। ਦੇਖਿਆ ਕਰਤੀ ਨਾ ਫਿਰ ਉਹੀ ਗੱਲ, ਪਹਿਲਾਂ ਤਾਂ ਤੁਸੀਂ ਆ ਕਹਿੰਦੇ ਸੀਗੇ। ਉਹ ਹੁਣ ਕਿਹੜਾ ਕੀੜੀ ਦਾ ਆਟਾ ਡੁੱਲ ਗਿਆ, ਆ ਸੂਟ ਪਾ ਲੈ। ਅੱਛਾ, ਪਰ ਪਰਪਲ ਨਾ ਮੇਰਾ ਫੇਵਰਿਟ ਕਲਰ ਸੀਗਾ, ਮੈਂ ਕਰਦੀ ਆ ਮੈਂ ਆਹੀ ਪਾ ਲੈਣੀ ਆ। ਉਹ ਤੂੰ ਬਾਬਾ ਆਹੀ ਪਾ ਤੇ ਝੰਜਟ ਮਕਾ। ਪਰ ਝੰਜਟ ਮਕਾਉਣ ਵਾਲੀ ਕਿਹੜੀ ਗੱਲ ਆ? ਗੱਲ ਇਹ ਵੀ ਆ, ਜੇ ਮੈਂ ਆ ਸੂਟ ਪਾ ਲਿਆ ਤੇ ਫੇਰ ਮੈਨੂੰ ਮੇਕਅਪ ਵੀ ਇਹਦੇ ਹਿਸਾਬ ਨਾਲ ਕਰਨਾ ਪੈ ਜਾਣਾ, ਤੇ ਤੁਹਾਨੂੰ ਪਤਾ ਫਿਰ ਇਹਦੇ ਨਾਲ ਮੇਕਅਪ ਕੁਝ ਹੋਰ ਹੋਣਾ, ਇਹਦੇ ਨਾਲ ਮੇਕਅਪ ਕੁਝ ਹੋਰ ਹੋਣਾ। ਉਹ ਬਾਬਾ ਫਿਰ ਤੂੰ ਆਹੀ ਸੂਟ ਪਾ। ਐਵੇਂ ਟੈਨਸ਼ਨ ਕਿਉਂ ਲਈ ਜਾਂਦੇ ਆ? ਇੱਕ ਸੂਟ ਹੀ ਸਿਲੈਕਟ ਕਰਨਾ। ਚਲੋ ਐ ਕਰਦੀ ਆ ਮੈਂ ਆਹੀ ਪਾ ਲੈਣੀ ਆ। ਉਹ ਬਾਬਾ ਤੈਨੂੰ ਇਹ 36 ਵਾਰੀ ਕਹਿਤਾ ਵੀ ਚਲ ਤੂੰ ਆਹੀ ਸੂਟ ਪਾ ਲੈ, ਨਾਲੇ ਤੇਰੀ ਸਹੇਲੀਆਂ ਦੀ ਵੀ ਇਹੀ ਪਸੰਦ ਹੈ। ਆ ਜਿਹੜੀ ਗੱਲ ਦਾ ਡਰ ਸੀ ਉਹੀ ਗੱਲ ਹੋ ਗਈ ਨਾ, ਮੈਨੂੰ ਪਹਿਲਾਂ ਹੀ ਪਤਾ ਸੀ ਵੀ ਤੁਸੀਂ ਆ ਮੇਰੀ ਸਹੇਲੀਆਂ ਦੀ ਚੁਆਇਸ ਵੱਲ ਜਾਣਾ, ਮੈਂ ਹੁਣ ਆ ਸੂਟ ਨਹੀਂ ਪਾਉਣਾ। ਉਹ ਚੰਗਾ ਬਾਬਾ ਫਿਰ ਤੂੰ ਆ ਸੂਟ ਪਾ ਲੈ, ਇਹਨੂੰ ਕਿਹੜਾ ਜਨਾਲ ਲੱਗ ਗਿਆ? ਮੈਨੂੰ ਸਭ ਪਤਾ, ਆ ਮੇਰਾ ਦਿਲ ਰੱਖਣ ਦੇ ਕਰਕੇ ਨਾ ਵੀ ਮੈਂ ਸਹੇਲੀਆਂ ਦਾ ਨਾਮ ਲਿਆ ਤਾਂ ਵਿੱਚ ਤੁਸੀਂ ਇਸ ਸੂਟ ਤੇ ਆਏ ਆ, ਤੁਹਾਨੂੰ ਵੀ ਪਤਾ ਵੀ ਸੋਹਣਾ ਤਾਂ ਆਹੀ ਸੂਟ ਆ।